की नाम है ਤੁਹਾਡਾ ਜੀ? ਮੇਰਾ ਨਾਮ ਅਜੇ ਕੁਮਾਰ ਜਨਰਲ ਜਨਰਲ ਸਕੱਤਰ ਪੰਜਾਬ ਰੋਡ ਟਰਾਂਸਪੋਰਟ ਵਰਕਰ ਯੂਨੀਅਨ। ਹਾਂਜੀ ਕੀ ਕਰਨਾ ਚਾਹੁੰਦੇ ਆ ਜੀ? ਹਾਂਜੀ ਅੱਜ ਜੇ ਦੇਖੋ ਜੀ ਪੰਜਾਬ ਰੋਡਵੇਜ਼ ਦੇ ਜਿਹੜੇ ਸਮੁੱਚੀ ਸਾਂਝੀ ਐਕਸ਼ਨ ਕਮੇਟੀ ਆ ਉਹਨਾਂ ਵੱਲੋਂ ਇਹ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਟਰਾਂਸਪੋਰਟ ਮੰਤਰੀ ਵੀ ਨੇ ਉਹਨਾਂ ਨੇ ਪਿਛਲੇ ਦਿਨੀ ਸਾਡੇ ਨਾਲ ਬੜੇ ਵਾਅਦੇ ਕੀਤੇ ਸੀਗੇ ਕਿ ਸਾਡੇ ਨਾਲ ਮੀਟਿੰਗ ਕਰਨ ਦਾ ਵਾਅਦਾ ਕੀਤਾ ਸੀ। ਉਹ ਮੀਟਿੰਗ ਦੇ ਵਾਅਦੇ ਕਰਨ ਤੋਂ ਵੀ ਮੁੱਕਰ ਗਏ ਨੇ। ਉਹ ਨਾ ਮੀਟਿੰਗ ਸਾਨੂੰ ਮੀਟਿੰਗ ਦਿੱਤੀ ਜਾ ਰਹੀ ਹੈ ਔਰ ਨਾ ਹੀ ਸਾਡੀ ਕੋਈ ਮੁਲਾਜ਼ਮਾਂ ਦੀ ਗੱਲ ਸੁਣੀ ਜਾ ਰਹੀ ਹੈ। ਪਿਛਲੇ ਦਿਨੀ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਇੱਕ ਜਨਵਰੀ 2016 ਤੋਂ ਤੁਹਾਨੂੰ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਲਾਗੂ ਕਰ ਦਿੱਤੀ ਜਾਏਗੀ। ਅੱਜ ਜਨਵਰੀ 2021 ਹੋ ਗਿਆ, ਅੱਜ ਦਿਨ ਤੱਕ ਜਿਹੜੀ ਰਿਪੋਰਟ ਜਿਹੜੀ ਲਾਗੂ ਨਹੀਂ ਹੋਈ ਅਤੇ ਨਾਲ ਦੀ ਨਾਲ ਅੱਜ ਪੰਜਾਬ ਦੇ ਸਮੁੱਚੇ 10 ਵਿਭਾਗਾਂ ਦੇ ਵਿੱਚੋਂ ਇੱਕ ਬੜੀ ਹੀ ਜਿਹੜੀ ਗੱਲ ਹੈ ਉਹਨੂੰ ਮੈਨੂੰ ਕਹਿਣਾ ਪੈ ਰਿਹਾ 10 ਵਿਭਾਗਾਂ ਦੇ ਵਿੱਚੋਂ ਜਿਹੜੀ ਇਹਨਾਂ ਨੇ ਜਿਹੜੀਆਂ ਖਾਲੀ ਪੋਸਟਾਂ ਨੂੰ ਰੱਦ ਕਰ ਦਿੱਤਾ ਹੈ ਜਿਹੜੇ ਪੰਜਾਬ ਰੋਡਵੇਜ਼ ਦੇ ਵਿੱਚ ਅਤੇ ਨਾਲ ਹੀ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਕੰਮ ਕਰ ਰਹੇ ਨੇ ਉਹ ਕੱਚੇ ਮੁਲਾਜ਼ਮ ਕਿੱਥੋਂ ਪੱਕੇ ਹੋਣਗੇ ਜਦੋਂ ਤੁਸੀਂ ਪੱਕੀਆਂ ਪੋਸਟਾਂ ਹੀ ਖਤਮ ਕਰ ਦਿੱਤੀਆਂ। ਸੋ ਇਸ ਕਰਕੇ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਔਰ ਪੰਜਾਬ ਰੋਡਵੇਜ਼ ਦਾ ਖਾਸ ਕਰਕੇ ਮੁਲਾਜ਼ਮ ਜਿਹੜੇ ਆਪਣੇ ਟਰਾਂਸਪੋਰਟ ਮੰਤਰੀ ਤੋਂ ਖਫਾ ਨੇ ਕਿਉਂਕਿ ਉਹ ਮੀਟਿੰਗਾਂ ਦਾ ਟਾਈਮ ਦੇ ਕੇ ਨਾ ਤਾਂ ਮੀਟਿੰਗ ਦੇ ਰਹੇ ਨੇ ਅਤੇ ਨਾ ਹੀ ਸਾਡੀਆਂ ਗੱਲਾਂ ਸੁਣ ਰਹੇ ਨੇ, ਨਾ ਹੀ ਸਾਡੀਆਂ ਮੰਗਾਂ ਦੇ ਉੱਤੇ ਕੋਈ ਸਾਨੂੰ ਲੱਗਦਾ ਕਿ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਉਹ ਜਿਹੜੀਆਂ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਪ੍ਰਤੀ ਇਹਦੇ ਸੁਚੇਤ ਨਹੀਂ ਨੇ। ਇਸ ਲਈ ਅਸੀਂ ਐਸੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦਾ ਟਰਾਂਸਪੋਰਟ ਮੰਤਰੀ ਦਾ ਪੁਤਲਾ ਫੂਕਿਆ ਜੀ। ਹਾਂਜੀ ਕੀ ਨਾਮ ਹੈ ਤੁਹਾਡਾ ਜੀ? ਮੈਂ ਗੁਰਚਰਨ ਸਿੰਘ ਸੰਧੂ, ਪੰਜਾਬ ਪੈਨਸ਼ਨ ਯੂਨੀਅਨ ਦਾ ਮੀਤ ਪ੍ਰਧਾਨ, ਪੰਜਾਬ ਰੋਡਵੇਜ਼ ਦੀ ਮੁਲਾਜ਼ਮਾਂ ਦੀ ਯੂਨੀਅਨ ਦਾ ਚੇਅਰਮੈਨ ਪੰਜਾਬ ਦਾ। ਹਾਂਜੀ ਕੀ ਕਹਿਣਾ ਚਾਹੋਗੇ? ਅੱਜ ਪ੍ਰੋਟੈਸਟ ਕੀਤਾ ਅਸੀਂ ਪੰਜਾਬ ਦੀ ਪੰਜਾਬ ਸਬੋਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੱਦੇ ਦੇ ਉੱਤੇ ਸਾਰੇ ਸਿੱਧੇ ਜ਼ਿਲ੍ਹਿਆਂ ਦੇ ਉੱਤੇ ਕੈਪਟਨ ਸਰਕਾਰ ਦੇ ਵਾਅਦਾ ਖਿਲਾਫੀ ਜੋ ਕਰ ਰਿਹਾ ਆ, ਮੁਲਾਜ਼ਮਾਂ ਦੇ ਨਾਲ ਵਾਰ ਵਾਰ ਗੱਲਾਂ ਕਰਕੇ ਮੀਟਿੰਗਾਂ ਕਰਕੇ ਜੋ ਵਾਅਦਾ ਖਿਲਾਫੀ ਕਰ ਰਿਹਾ ਉਹਦੇ ਖਿਲਾਫ ਉਹਦਾ ਜਿਹੜਾ ਸਾਰੇ ਜ਼ਿਲ੍ਹਿਆਂ ਦੇ ਉੱਤੇ ਉਹਦੇ ਪੁਤਲੇ ਫੂਕੇ ਆ। ਔਰ ਜਿਹੜੀ ਸਾਡੀ ਫੈਡਰੇਸ਼ਨਾਂ ਦੀ ਕਮੇਟੀ ਆ, ਸੰਯੁਕਤ ਕਮੇਟੀ ਆ, ਉਹ ਛੇਤੀ ਆਪਦੀ ਮੀਟਿੰਗ ਕਰਕੇ ਤਾਂ ਅਗਲਾ ਐਕਸ਼ਨ ਉਹ ਜ਼ਿਲ੍ਹਿਆਂ ਦੇ ਵਿੱਚ ਜਾਂ ਉਹ ਚੰਡੀਗੜ੍ਹ ਦੇ ਵਿੱਚ ਜਾਂ ਉਹ ਜਿੱਥੇ ਵੀ ਲੀਕੂਗੀ ਉਹਦੇ ਵਿੱਚ ਵੱਧ ਤੋਂ ਵੱਧ ਅਸੀਂ ਇਕੱਤਰ ਹੋ ਕੇ ਆਪਣਾ ਯੋਗਦਾਨ ਪਾਵਾਂਗੇ ਔਰ ਉਹ ਸਰਕਾਰ ਨੂੰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜਿਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ, DA ਦੀ ਕਿਸ਼ਤ ਦੇਣੀ, ਕੱਚੇ ਕਾਮੇ ਪੱਕੇ ਕਰਨੇ, ਇੱਕ ਚਾਰ ਤੋਂ ਬੰਦ ਕੀਤੀ ਪੈਨਸ਼ਨ ਲਾਗੂ ਕਰਨੀ, ਆਦਿ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਖਿਲਾਫ ਇਹਦਾ ਨੱਕ 'ਚ ਦਮ ਕਰ ਦੇਵਾਂਗੇ। ਜਿੱਦਾਂ ਕਿਸਾਨੀ ਨੇ ਸੈਂਟਰ ਦੀ ਸਰਕਾਰ ਦਾ ਦਮ ਨੱਕ 'ਚ ਕੀਤਾ, ਉਸੇ ਤਰੀਕੇ ਨਾਲ ਪੰਜਾਬ ਦਾ ਇਹ ਸਰਕਾਰ ਦਾ ਨੱਕ ਦਮ ਕਰ ਦੇਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਆਹ ਜਿਹੜੀਆਂ ਨਿੱਕੀਆਂ ਇਲੈਕਸ਼ਨਾਂ ਕਮੇਟੀਆਂ ਦੀਆਂ ਉਹਦੇ ਵਿੱਚ ਔਰ ਜਿਹੜੀ ਇਹ 22 ਦੀ ਇਲੈਕਸ਼ਨ ਆਊਗੀ ਉਹਨੂੰ ਇਹਨੂੰ ਹਰਾਉਣ ਵਾਸਤੇ ਮੁਲਾਜ਼ਮ ਏਕਤਾ ਇਕੱਠਾ ਕਰਕੇ ਇਹਨੂੰ ਹਰਾਉਣ ਦਾ ਪੂਰਾ ਯਤਨ ਕੀਤਾ ਜਾਊਗਾ। ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦਾ ਇਹਦਾ ਨੱਕ ਦਮ ਕੀਤਾ ਜਾਊਗਾ।